ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਥੇ ਪਵਿੱਤਰਾ ਜੀ ਵਲੋਰਾ 3B2 ਦੇ ਵਿੱਚ ਵੀ ਫਾਇਰ ਹੋਇਆ ਕੋਈ, ਤਾਂ PCR ਪਾਰਟੀ ਵੀ ਮੌਕੇ ਤੇ ਪਹੁੰਚ ਗਈ ਸੀਗੀ ਜੀ। ਅਸੀਂ ਵੀ ਥਾਣੇ ਵੱਲੋਂ ਆਏ ਆ। ਉਹ ਅਚਾਨਕ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਸੀ ਉਹਨਾਂ ਤੋਂ ਰਾਈਫਲ ਨੀਚੇ ਡਿੱਗਣ ਤੇ ਫਾਇਰ ਹੋ ਗਏ ਨੇ ਅੱਗੇ। ਹਾਂ, ਸਿਕਿਉਰਿਟੀ ਗਾਰਡ ਇੱਥੇ ਨੇ ਜੀ। ਦੋ ਫਾਇਰ ਹੋਏ ਨੇ ਜੀ। ਉਹ 4 ਬੰਦਿਆਂ ਦੇ ਲੱਗੇ ਆ ਸ਼ਰੇ, ਉਹ ਦਵਾਈ ਦਵੂਈ ਲੈ ਰਹੇ ਨੇ, ਆਪਣਾ ਇਲਾਜ ਕਰਾ ਰਹੇ ਨੇ। ਬਾਕੀ ਆ ਜੋ ਕਾਰਵਾਈ ਬਣਦੀ ਆ ਕਰਦੇ ਹਾਂ ਜੀ।